ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਕਈ ਵਾਰ ਆਪਾਂ ਨੂੰ ਕੋਈ ਸੁਪਨਾ ਆਉਂਦਾ ਤੇ ਇੰਨਾ ਸੋਹਣਾ ਹੁੰਦਾ ਹੈ ਕਿ ਮਨ ਕਰਦਾ ਹੈ ਇਹ ਖਤਮ ਹੀ ਨਾ ਹੋਵੇ ਤੇ ਕਈ ਵਾਰ ਇੰਨਾ ਮਾੜਾ ਹੁੰਦਾ ਹੈ ਕਿ ਜਦੋਂ ਜਾਗ ਖੁੱਲਦੀ ਹੈ ਤੇ ਰੱਬ ਨੂੰ ਧੰਨਵਾਦ ਕਰੀਦਾ ਹੈ ਰੱਬਾ ਸ਼ੁਕਰ ਹੈ ਸੁਪਨਾ ਹੀ ਸੀ ਉਹ ਸੱਚ ਨਹੀਂ ਸੀ ਵੇਖੋ ਜੇ ਆਪਾਂ ਨੂੰ ਸੁਪਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਾਂ ਗੁਰੂਆਂ ਦੇ ਦਰਸ਼ਨ ਜਾਂ ਮੂਲ ਮੰਤਰ ਜਾਪ ਚਲੇ ਐਵੇਂ ਦੀਆਂ ਚੀਜ਼ਾਂ ਦੇ ਦਰਸ਼ਨ ਹੋਣ ਤਾਂ ਸਮਝੋ ਆਪਣੇ ਨਾਲ ਕੁਝ ਵਧੀਆ ਹੋਣ ਵਾਲਾ ਹੈ ਆਪਾਂ ਕਿਸੇ ਚੰਗੇ ਪਾਸੇ ਲੱਗਣ ਵਾਲਿਆਂ ਤੇ ਵਾਹਿਗੁਰੂ ਆਪਣੇ ਉੱਤੇ ਮਿਹਰ ਦੀ ਵਰਖਾ ਕਰਨ ਵਾਲੇ ਨੇ ਜੇ ਆਪਾਂ ਨੂੰ ਵੀ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਜਾਂ ਰਿਸ਼ਤੇਦਾਰ ਆਪਣੇ ਘਰ ਆ ਰਹੇ ਨੇ ਤਾਂ ਸਮਝੋ ਕੁਝ ਜ਼ਿੰਦਗੀ ਵਿੱਚ ਨਵਾਂ ਹੋਣ ਵਾਲਾ ਹੈ ਜੇ ਮੈਂ ਆਪਣੇ ਬਜ਼ੁਰਗ ਆਪਾ ਨੂੰ ਸੁਪਨੇ ਵਿੱਚ ਆਉਣ ਤਾਂ ਸਮਝੋ ਉਹ ਜੀਵਨ ਵਿੱਚ ਹਰ ਪਾਸੇ ਤੋਂ ਪਿਆਰ ਤੇ ਸਤਿਕਾਰ ਵਿੱਚ ਵਾਦਾ ਹੋਵੇਗਾ ਜੇਕਰ बार-बार ਆਪਾ ਨੂੰ ਵਿਆਹ ਦੇ ਜਾਂ ਆਪਣਾ ਹੀ ਵਿਆਹ ਹੋਣ ਦੇ ਸੁਪਨੇ ਮਿਲਦੇ ਹਨ ਤਾਂ ਆਪਾਂ ਨੂੰ ਸਮਝਦਾਰੀ ਤੇ ਸਾਵਧਾਨੀ ਦਾ ਸੰਕੇਤ ਮਿਲਦਾ ਹੈ ਕਿ ਜੋ ਕਰ ਰਹੇ ਹੋ ਉਸ ਨੂੰ ਸੋਚੋ ਵਿਚਾਰੋ ਤੇ ਸਮਝੋ ਫਿਰ ਅੱਗੇ ਕਦਮ ਰੱਖੋ ਜੀ ਆਪਾਂ ਸੁਪਨੇ ਵਿੱਚ ਹਰ ਪਾਸੇ ਕੂੜੇ ਦੇ ਢੇਰ ਤੇ ਕਾਈ ਕਾ ਹਰ ਪਾਸੇ ਗੰਦੀ ਗੰਦ ਪਿਆ ਦੇਖਦੇ ਆ ਤਾਂ ਇਸ ਦਾ ਪਾਵ ਹੈ ਆਪਣਾ ਘਰੀਆ ਆਸਾ ਪਾਸਾ ਹੋ ਸਕੇ ਤਾਂ ਸਾਫ਼ ਰੱਖੋ ਜੋ ਵੀ ਘਰ ਤੰਗੀਆਂ ਪੇਸ਼ੀਆਂ ਨੇ ਉਹਨਾਂ ਦੀ ਖਤਮ ਹੋਣ ਦੀ ਹੁਣ ਵਾਰੀ ਆ ਗਈ ਅਗਲੀ ਗੱਲ ਕਹਿੰਦੇ ਨੇ ਜੇਕਰ ਸੁਪਨੇ ਦੇ ਵਿੱਚ ਕਿਸੇ ਗਾਂ ਮੱਝ ਜਾਂ ਉਹਨਾਂ ਦੇ ਕੱਟੇ ਵੱੱਛੀ ਨੂੰ ਆਪਾਂ ਪੱਠੇ ਪਾਉਣੇ ਆ ਤਾਂ ਆਪਣਾ ਜੋ ਕਿਸੇ ਤੋਂ ਕੁਝ ਲੈਣਾ ਸੀ ਉਹ ਵਾਪਸ ਆਉਣ ਦੇ ਸੰਕੇਤ ਨੇ ਤੇ ਉਦੋਂ ਜਾਨਵਰਾਂ ਨੂੰ ਜ਼ਰੂਰ ਕੁਝ ਐਸਾ ਪਾਓ ਜਿਸ ਦੇ ਨਾਲ ਆਪਾਂ ਨੂੰ ਪੁੰਨ ਮਿਲੇ ਜਦੋਂ ਆਪਾਂ ਕੁੱਕਰ ਨੂੰ ਪਾਵ ਕੁੱਤੇ ਨੂੰ ਦੇਖਦੇ ਆ ਤਾਂ ਆਪਣੇ ਜੋ ਰਿਸ਼ਤਿਆਂ ਵਿੱਚ ਖਟਾਸ ਸੀ ਉਹ ਹੁਣ ਦੂਰ ਹੋਣ ਵਾਲੀ ਤਾਂ ਜਦੋਂ ਵੀ ਐਵੇਂ ਦਾ ਸੁਪਨਾ ਆਵੇ ਕੁੱਕਰ ਪਾਵ ਕੁੱਤੇ ਨੂੰ ਪ੍ਰਸ਼ਾਦਾ ਜ਼ਰੂਰ ਪਾਓ ਅੱਗੇ ਕਹਿੰਦੇ ਆ ਜਿਵੇਂ ਸੁਪਨੇ ਵਿੱਚ ਆਪਾਂ ਕਈ ਵਾਰ ਸੱਪ ਦੇਖਦੇ ਆ ਤਾਂ ਉਹ ਵੀ ਆਪਣਾ ਉਸ ਤੋਂ ਆਪਾਂ ਡਰ ਜਾਂਦੇ ਆ ਤਾਂ ਕੋਈ ਗੱਲ ਹੈ ਜਾਂ ਕਿਸੇ ਮਨੁੱਖ ਤੋਂ ਆਪਾਂ ਨੂੰ ਬੜਾ ਜ਼ਿਆਦਾ ਡਰ ਲੱਗਦਾ ਹੈ ਜਾਂ ਮਨ ਵਿੱਚ ਕੋਈ ਐਸੀ ਗੱਲ ਹੈ ਕਿ ਜੇ ਇਸ ਦਾ ਆਪਾਂ ਨੂੰ ਪੈ ਆ ਜਾਂ ਕਿਸੇ ਨੂੰ ਪਤਾ ਲੱਗ ਗਿਆ ਤਾਂ ਆਪਾਂ ਦਾ ਕੀ ਹੋਊਗਾ ਜਦੋਂ ਸੁਪਨੇ 'ਚ ਬੜੇ سارے ਘੋੜੇ ਤੇ ਹਾਥੀ ਦਿਖਣ ਤਾਂ ਆਪਾਂ ਨੂੰ ਕਿਸੇ ਕੰਮ 'ਚ ਚੜ੍ਹਾਈ ਮਿਲਣ ਵਾਲੀ ਹੁੰਦੀ ਕਾਮਯਾਬੀ ਮਿਲਣ ਵਾਲੀ ਹੁੰਦੀ ਜੇ ਕੋਈ ਡੰਗਰ ਲੜਦਾ ਦਿਖੇ ਤਾਂ ਲੜਾਈ ਵਾਲੀ ਥਾਂ ਤੋਂ 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 ਮੈਮੇ ਵਾਲੀ ਥਾਂ ਤੋਂ ਦੂਰੀ ਬਣਾ ਕੇ ਰੱਖੋ ਇਹ ਲੜਾਈ ਦੀ ਨਿਸ਼ਾਨੀ ਅੱਗੇ ਕਹਿੰਦੇ ਜੇ ਆਪਾਂ ਕਿਸੇ ਦੇ ਅਕਾਲ ਚਲਾਣੇ ਦਾ ਸੁਪਨਾ ਵੇਖਦੇ ਤਾਂ ਉਸ ਦੀ ਉਮਰ ਵਾਧੀ ਅੱਗੇ ਕਹਿੰਦੇ ਜੇ ਤੁਸੀਂ ਚੁੱਲ੍ਹੇ ਤੇ ਪ੍ਰਸ਼ਾਦਾ ਬਣਦਾ ਵੇਖਦੇ ਹੋ ਤਾਂ ਤੁਹਾਡਾ ਭੰਡਾਰ ਹਮੇਸ਼ਾ ਭਰਿਆ ਰਹੇਗਾ ਤੇ ਉਹ ਭੰਡਾਰ ਵਿੱਚੋਂ ਵੰਡਣ ਦੀ ਪ੍ਰਵਰਤੀ ਹਮੇਸ਼ਾ ਰੱਖਿਓ ਵਾਗਰੂ ਆਣ ਤੇ ਤਾਂ ਦਾ ਹਮੇਸ਼ਾ ਖਜ਼ਾਨਿਆਂ ਦਾ ਤੁਹਾਡੇ ਘਰ ਭੰਡਾਰ ਭਰੀ ਰੱਖਣਗੇ ਜੇ ਹਰ ਸਮੇਂ ਪਾਠ ਕਰਦੇ ਗੁਰੂ ਘਰ ਖੁਦ ਨੂੰ ਵੇਖਦੇ ਤਾਂ ਜੋ ਵੀ ਔਂਕੜਾਂ ਮੁਸ਼ਕਿਲਾਂ ਸਨ ਜ਼ਿੰਦਗੀ ਵਿੱਚ ਉਹ ਖਤਮ ਹੋਣ ਵਾਲੀਆਂ ਨੇ ਜੇ ਚਾਰੇ ਪਾਸੇ ਦੀਵੇ ਹੀ ਦੀਵੇ ਚਾਨਣ ਹੀ ਚਾਨਣ ਦਿਖੇ ਤਾਂ ਕੋਈ ਆਪਣੇ ਲਈ ਨਵੀਂ ਉਮੀਦ ਬਣ ਕੇ ਆਵੇਗਾ ਤੇ ਆਪਣੀ ਜ਼ਿੰਦਗੀ ਨੂੰ ਰੋਸ਼ਨਾਇਕ ਜੇ ਕਿਸੇ ਨੂੰ ਹਰ ਵਕਤ ਸੁਪਨਾ ਆਉਂਦਾ ਵੀ ਨੂੰ ਹੀ ਕੱਟੀ ਜਾਂਦਾ ਜਾਂ ਸਮਝੋ ਜੋ ਵੀ ਰੋਗ ਸਨ ਸਰੀਰ 'ਇ ਉਹ ਹੁਣ ਉਹ ਦੂਰ ਹੋਣ ਵਾਲੀ ਨੇ ਅਗੇ ਕਹਿੰਦੇ ਜੇ ਆਪਣੇ ਸਰੀਰ ਤੇ ਕਿਤੇ ਸੱਟ ਵਜੀ ਦੇਖਦੇ ਆ ਤਾਂ ਸਾਵਧਾਨੀ ਵਰਤੋ ਹਰ ਚੀਜ਼ ਤੋਂ ਸੰਭਲ ਕੇ ਵਰਤੋ ਜੋ ਵੀ ਤੁਸੀਂ ਵਰਤ ਰਹੇ ਜੇ ਆਪਾਂ ਘਰ ਬਣ ਦਾ ਵੇਖਦੇ ਆ ਤਾਂ ਆਪਣਾ ਭਵਿੱਖ ਵਿੱਚ ਆਪਣੇ ਲਈ ਕਾਮਯਾਬੀ ਦੀ ਰਾਹ ਖੁੱਲਣ ਵਾਲੀ ਨੇ ਹੁਣ ਹੋਰ ਆਪਣੇ ਲਈ ਰਾਹ ਵਧਣਗੇ ਜੇ ਆਪਾਂ ਨੂੰ ਕਾਮਯਾਬੀ ਵੱਲ ਲੈ ਕੇ ਜਾਣਗੇ ਕਈ ਵਾਰ ਆਪਾਂ ਬੜੀ ਉੱਚੀ ਥਾਂ ਤੇ ਹੁੰਨੇ ਆ ਤੇ ਇੱਕਦਮ ਲੱਗਦਾ ਹੈ ਡੇਕਿਆ ਇਹਦਾ ਮਤਲਬ ਕੋਈ ਨਾ ਕੋਈ ਪਰੇਸ਼ਾਨੀ ਆਪਾਂ ਨੂੰ ਤੰਗ ਕਰਦੀ ਵੀ ਜੀ ਆਪਾਂ ਨੂੰ ਹਰ ਪਾਸੇ ਹਰਿਆਲੀ ਤੇ ਇੱਥੇ ਆਕ ਤਾਂ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਜੇ ਹਰ ਸਮੇਂ ਪਾਣੀ ਦਾ ਵਹਾਅ ਦੇਖਦਾ ਤੇ ਇਸ ਦਾ ਭਾਵ ਖਰਚ ਤੋਂ ਥੋੜੀ ਸੋਚ ਸਮਝ ਕੇ ਕਰੋ ਜੋ ਵੀ ਖਰਚ ਕਰਨਾ ਹੈ ਉਹਨੂੰ ਸੋਚ ਸਮਝ ਕੇ ਵਿਚਾਰ ਕੇ ਕਰੋ ਕਿ ਇਹ ਖਰਚ ਜ਼ਰੂਰੀ ਹੈ ਆਪਣੇ ਲਈ ਅਗਲੀ ਗੱਲ ਕਹਿੰਦੇ ਜੇ ਘਰ ਛੋਟੇ ਛੋਟੇ ਜਵਾਬ ਦਿਖਣ ਖੇੜ ਦੇ ਦਿਖਣ ਹੱਸਦੇ ਦਿਖਣ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਦਿਖਣ ਭਾਵ ਖੁਸ਼ੀ ਦੇਖਣ ਤਾਂ ਸਮਝੋ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਸਪਨੇ ਵਿੱਚ ਜਿਵੇਂ ਸਬਜ਼ੀਆਂ ਫਲ ਦਿਖਣ ਜਿਵੇਂ ਕਦੂ ਪੇਠਾ ਆਂਬ ਜੋ ਪੁਰਖਾ ਨਾਲ ਸੰਬੰਧ ਹੈ ਤੇ ਘਰ ਵਿੱਚ ਬੱਚਾ ਹੋਣ ਵਾਲਾ ਹੈ ਤੇ ਕਾਕਾ ਜੇ ਬੀਬੀਆਂ ਨਾਲ ਸੰਬੰਧ ਭਾਵ ਤੋਰੀ ਐਵੇਂ ਦਿਖਣ ਤਾਂ ਕਾਕੀ ਆਉਂਦੀ ਹੈ ਇਹ ਆਪਣੇ ਵੱਡੇ ਵਡੇਰੇ ਦੱਸਦੇ ਸੀ ਵੀ ਇਸ ਦਾ ਭਾਵ ਇਹ ਹੁੰਦਾ ਜੇਕਰ ਆਪਾਂ ਸੁਪਨੇ ਦੇ ਵਿੱਚ ਗੁਲਾਬ ਦਾ ਫੁੱਲ ਦੇਖਦੇ ਹਾਂ ਤਾਂ ਇਹਦਾ ਭਾਵ ਬੜਾ ਚੰਗਾ ਮੰਨਿਆ ਜਾਂਦਾ ਤੁਹਾਡੇ ਜੀਣ ਵਿੱਚ ਹੁਣ ਸਕਾਰਾਤਮਕਤਾ ਦਾ ਸੰਕੇਤ ਹੈ ਪਾਵ ਸਭ ਚੰਗਾ ਹੀ ਚੰਗਾ ਹੋਏਗਾ ਇਹਦਾ ਭਾਵ ਜੋ ਵੀ ਤੁਹਾਡੇ ਮਨ ਦੀ ਇੱਛਾ ਸੀ ਉਹ ਬੜੀ ਜਲਦੀ ਪੂਰੀ ਹੋਵੇਗੀ ਜੋ ਵੀ ਕਾਮਨਾ ਕਰਦੇ ਸੀ ਉਹ ਹੁਣ ਤੁਹਾਡੀ ਪੂਰੀ ਹੋਵੇਗੀ ਪਰ ਮਿਹਨਤ ਦਾ ਪੱਲਾ ਕਦੇ ਨਾ ਛੱਡਿਓ ਜੇਕਰ ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਨੂੰ ਵੀ ਸੁਪਨੇ ਦੇ ਵਿੱਚ ਬੜੇ ਡੂੰਘੇ ਪਾਣੀ ਵਿੱਚ ਡੁੱਬਦੇ ਹੋਏ ਦੇਖਦੇ ਹੋ ਤਾਂ ਇਹਦਾ ਭਾਵ ਹੈ ਕਿ ਕੋਈ ਡਰ ਜਾਂ ਦੁੱਖ ਨਾਲ ਸੰਕੇਤ ਰੱਖਦਾ ਹੈ ਇਹ ਦਾ ਪਾਵ ਮਨੁੱਖ ਨੂੰ ਉਹਨਾਂ ਘਟਨਾਵਾਂ ਬਾਰੇ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਜੋ ਉਹਦੇ ਨਾਲ ਬੀਤ ਚੁੱਕੀਆਂ ਨੇ ਜੋ ਉਹਦੇ ਨਾਲ ਪਿੱਛੇ ਵਾਪਰ ਚੁੱਕਿਆ ਉਹਦੇ ਬਾਰੇ ਸੋਚਣਾ ਬੰਦ ਕਰੋ ਉਹ ਸੋਚ-ਸੋਚ ਕੇ ਤੁਸੀਂ ਦੁਖੀ ਹੋ ਰਹੇ ਹੋ ਤੇ ਉਹਦਾ ਪ੍ਰਭਾਵ ਤੁਹਾਡੀ ਜ਼ਿੰਦਗੀ ਤੇ ਪੈ ਰਿਹਾ ਹੈ ਜਿਸ ਕਾਰਨ ਤੁਸੀਂ ਅੱਗੇ ਨਹੀਂ ਵਧ ਪਾ ਰਹੇ ਇਹ ਹੀ ਤੁਹਾਡੀ ਚਿੰਤਾ ਦਾ ਕਾਰਨ ਹੈ ਇਸੇ ਕਰਕੇ ਮਨ ਸ਼ਾਂਤ ਨਹੀਂ ਰਹਿੰਦਾ ਬੀਤ ਜੋ ਬੀਤ ਚੁੱਕਿਆ ਉਹਨੂੰ ਪਿੱਛੇ ਛੱਡੋ ਤਾਂ ਹੀ ਜ਼ਿੰਦਗੀ ਵਿੱਚ ਅੱਗੇ ਵਧੋਗੇ ਤੇ ਮਨ ਸ਼ਾਂਤ ਰਹੇਗਾ ਅਗਲੀ ਗੱਲ ਕਹਿੰਦੇ ਨੇ ਜੇ ਸੁਪਨੇ ਵਿੱਚ ਝਾੜੂ ਦੇਖੋ ਝਾੜੂ ਲੱਗਦਾ ਦੇਖੋ ਤਾਂ ਇਹਦਾ ਭਾਵ ਹੈ ਕਿ ਤੁਹਾਡੇ ਨਾਲ ਕੁਝ ਚੰਗਾ ਹੋਣ ਵਾਲਾ ਜੋ ਗਰੀਬੀ, ਦਲੇਦਰ ਤੇ ਆਲਸ ਨੇ ਰੋਗਾਣੇ ਕੁੰਡਲੀ مار ਕੇ ਬੈਠੇ ਸੀ ਉਹ ਹੁਣ ਤੁਹਾਡੇ ਤੋਂ ਦੂਰ ਹੋ ਜਾਣਗੇ ਤੁਹਾਡੇ ਘਰ ਹੁਣ ਉਦਮ ਆ ਪਾਵੇਗਾ ਇਸ ਦਾ ਸਿੱਧਾ ਪ੍ਰਭਾਵ ਹੈ ਸਿੱਧਾ ਸੰਕੇਤ ਹੈ ਕਿ ਤੁਹਾਨੂੰ ਬਹੁਤ ਜਲਦੀ ਧਨਲਾਭ ਹੋਵੇਗਾ ਅਗਲੀ ਗੱਲ ਕਹਿੰਦੇ ਨੇ ਜੇਕਰ ਤੁਸੀਂ ਸੁਪਨੇ ਵਿੱਚ ਗਰੀਬੀ ਜਾਂ ਦਲੇਦਰ ਨੂੰ ਦੇਖੋ ਤਾਂ ਇਹਦਾ ਭਾਵ ਹੈ ਕਿ ਇਹ ਸੁਪਨਾ ਚੰਗਾ ਹੁੰਦਾ ਹੈ ਇਸ ਤੋਂ ਸੁਪਨੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈਗੀ ਐਵੇਂ ਦਾ ਸੁਪਨਾ ਆਵਿਆ ਕਿ ਜੋ ਵੀ ਤੁਹਾਡੇ ਕੋਲ ਚੀਜ਼ ਹੈ ਧਨ ਹੈ ਉਸ ਦੇ ਵਿੱਚ ਸਬਰ ਸੰਤੋਖ ਤੁਸੀਂ ਰੱਖਿਆ ਹੋਇਆ ਹੁਣ ਉਹਦੇ ਵਿੱਚ ਵਿਰਧੀ ਭਾਵ ਵਾਅਦਾਸ ਹੋਵੇਗਾ ਹੀ ਹੋਵੇਗਾ ਜਿਹੜਾ ਤੁਹਾਡਾ ਧਨ ਪੈਸਾ ਬਹੁਤ ਲੰਬੇ ਸਮੇਂ ਤੋਂ اٹਕਿਆ ਹੋਇਆ ਸੀ ਉਹ ਵਾਪਸ ਆਉਣ ਦਾ ਸੰਕੇਤ ਹੈ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਤੋਤਾ ਨਜ਼ਰ ਆਉਂਦਾ ਤੇ ਇਹਦਾ ਭਾਵ ਤੁਹਾਨੂੰ ਕੋਈ ਚੰਗਾ ਜੋ ਵੀ ਸਮਾਚਾਰ ਮਿਲੇਗਾ ਭਾਵ ਚੰਗੀ ਖਬਰ ਮਿਲੇਗੀ ਤੁਹਾਡੇ ਜੀਵਨ ਵਿੱਚ ਸੁੱਖ ਦੀ ਸ਼ੁਰੂਆਤ ਹੋਣ ਵਾਲੀ ਤੋਤਾ ਕਿਹਾ ਜਾਂਦਾ ਹੈ ਹਮੇਸ਼ਾ ਜਿਹੜਾ ਸੁਭਾਗ ਦਾ ਭਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਇੱਕ ਸਾਧੂ ਸੰਤ ਜੋ ਸਨ ਉਹਨਾਂ ਤੋਤੇ ਦੇ ਰੂਪ ਵਿੱਚ ਜੋ ਸੀ ਬਦਲ ਗਏ ਸੀ ਉਸ ਤੋਂ ਬਾਅਦ ਤੋਤੇ ਨੂੰ ਭਾਗਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਗਲੀ ਗੱਲ ਕਹਿੰਦੇ ਜੇਕਰ ਤੁਸੀਂ ਆਪਣੇ ਆਪ ਨੂੰ ਪਹਾੜ ਤੇ ਚੜਦਾ ਹੋਏ ਦੇਖਦੇ ਹੋ ਤਾਂ ਇਹਦਾ ਭਾਵ ਹੈ ਜੀਵਨ ਵਿੱਚ ਉਨਤੀ ਤੇ ਤਰੱਕੀ ਕਰੋਗੇ ਇਸ ਤਰ੍ਹਾਂ ਜੇਕਰ ਸੁਪਨਾ ਆਉਂਦਾ ਹੈ ਤਾਂ ਤੁਸੀਂ ਸਫਲਤਾ ਦੇ ਉਹ ਸਿਖਰ ਤੱਕ ਪਹੁੰਚ ਸਕਦੇ ਹੋ ਜਿੱਥੇ ਤੁਸੀਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਹੋਏਗਾ ਬਸ ਤੁਸੀਂ ਜੋ ਕੰਮ ਕਰਦੇ ਪਿਓ ਉਸ 'ਚ ਮਨ ਲਾ ਕੇ ਤੇ ਉਸ ਨੂੰ ਰੋਜ਼ ਕਰਦੇ ਰਹੋ ਹੌਲੀ-ਹੌਲੀ ਤੁਸੀਂ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚੋਗੇ ਅਗਲੀ ਗੱਲ ਕਹਿੰਦੇ ਜੇਕਰ ਤੁਸੀਂ ਸੁਪਨਿਆਂ ਦੇ ਵਿੱਚ ਫਲਾਣਾ ਲੱਧਿਆ ਕੋਈ ਵੀ ਰੁੱਖ ਦੇਖਦੇ ਹੋ ਭਾਵੇਂ ਕਿਸੇ ਦਾ ਵੀ ਰੁੱਖ ਹੋਵੇ ਤੇ ਇਹ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਣ ਵੱਲ ਇਸ਼ਾਰਾ ਕਰਦਾ ਹੈ ਇਹ ਫਲ ਤੇ ਫੁੱਲ ਖੁਸ਼ੀ ਦਾ ਜੋ ਪ੍ਰਤੀਕ ਮੰਨੇ ਜਾਂਦੇ ਨੇ ਤੇ ਤੁਹਾਡੀ ਜ਼ਿੰਦਗੀ ਵਿੱਚ ਵੀ ਖੁਸ਼ੀ ਲੈ ਕੇ ਆਉਣਗੇ ਫੁੱਲਾਂ ਨਾਲ ਲੱਦਿਆ ਹੋਇਆ ਰੁੱਖ ਤੇ ਫਲਾਂ ਨਾਲ ਲੱਦਿਆ ਹੋਇਆ ਰੁੱਖ ਹਮੇਸ਼ਾ ਖੁਸ਼ੀਆਂ ਦੇ ਲੈ ਕੇ ਆਉਂਦਾ ਹੀ ਸੰਕੇਤ ਦਿੰਦਾ ਜੋ ਜੀਵਨ ਵਿੱਚ ਖੁਸ਼ੀਆਂ ਭਰ ਦਿੰਦਾ ਇਸ ਲਈ ਹਮੇਸ਼ਾ ਆਪਣੀ ਖੁਸ਼ੀਆਂ ਦੂਜਿਆਂ ਨਾਲ ਸਾਂਝਾ ਕਰੋ ਤੇ ਦੂਸਰਿਆਂ ਵੱਲ ਆਪਣੀ ਮਦਦ ਦਾ ਹੱਥ ਜ਼ਰੂਰ ਵਧਾਓ ਵਾਹਿਗੁਰੂ ਤੁਹਾਡੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਗੇ